ਪਹਿਲੇ ਬਾਰੇ ਕੁਝ ਨਹੀਂ ਕਰਦਾ। ਹੋਰ ਭਾਜੀ ਕੀ ਹਾਲ ਚਾਲ? ਠੀਕ ਹੈ ਜੀ, ਠੀਕ ਹੈ। ਤੁਸੀਂ ਸੁਣਾਓ ਕੀ ਹਾਲ? ਅਸੀਂ ਹੈਗੇ ਲੋਕਲ ਦਰਾਹਤ। ਹਾਂ, ਜਿਹੜੇ ਬੱਚੇ ਲੈ ਕੇ ਆਏ ਆਪਾਂ ਅੱਜ, ਕਿੰਨੇ ਬੱਚੇ ਲੈ ਕੇ ਆਏ ਤੁਸੀਂ ਉਹਦੇ ਵਿੱਚ? ਸਾਡੇ ਆਪਣੇ ਡੌਗ ਸ਼ੋਅ ਸਾਡੀ ਲੈਣ ਦੇ ਹੈਗੇ 7-8 ਡੌਗ ਹੈਗੇ। ਠੀਕ ਹੈ, ਮੇਲ। ਹਾਂ, ਜਿਹੜਾ ਅੱਜ ਬੱਚਾ ਤੁਸੀਂ ਲੈ ਕੇ ਆਏ ਕਿਵੇਂ ਸਕੂਲ ਆਉਂਦਾ ਜੀ? ਨਹੀਂ, ਇਹਦੇ ਸ਼ੋਅ ਲਾਉਣਾ ਹੈ ਲਾਸਟ। ਹਾਂ, ਲਾਰਜ ਬਰੀਡ ਚਲਾਵਾਂਗੇ। ਤਾਂ ਇਹਦੀ ਏਜ ਹੈਗੀ 3 ਸਾਲ ਦੀ। ਇਹਦੀ ਲੈਨ ਹੈਗੀ ਇੰਪੋਰਟ ਡੌਗ ਨੇ ਹੈਗੇ ਸਾਡੇ ਕੋਲ ਸਾਰੇ ਮਦਰ ਇੰਪੋਰਟ। ਇਹਦੇ ਮਦਰ ਫਾਦਰ, ਇਹਦੀ ਮਦਰ ਹੈਗੇ ਆ ਪੋਲੈਂਡ ਤੋਂ ਮੰਗਵਾਏ ਸੀਗੇ। ਅਤੇ ਇਹ ਮੇਲ ਆ। ਇਹਦੀ ਹੈਗੀ ਲਗਭਗ 32-33 ਇੰਚ ਦਾ ਹੈਗਾ ਭਾਈ। ਉਹ ਕਹਿੰਦੇ ਖੜਾ ਕਰਿਓ। ਅੱਛਾ, ਇਹਦੀ ਜਿਹੜੀ ਹਾਈਟ ਕਿੰਨੀ ਕੁ ਹੈ ਇਹਦੀ? ਇਹ ਹੈਗੀ 32-33 ਇੰਚ ਦਾ ਹੈ। 32-33 ਇੰਚ, ਮਤਲਬ ਇਦਾਂ ਵੀ ਜੱਜਮੈਂਟ ਹੋ ਰਹੀ ਹੈ। ਹਾਂਜੀ ਹਾਂਜੀ। ਇਹ ਆਪਾਂ ਇਹਨੂੰ ਫਾਰਮ ਤੇ ਰੱਖਿਆ ਜਾਂ ਘਰ ਦੇ ਵਿੱਚ ਰਹਿੰਦਾ? ਨਹੀਂ, ਸਾਡਾ ਫੈਮਿਲੀ 'ਚ ਰੱਖਿਆ। ਫੈਮਿਲੀ 'ਚ ਰੱਖਿਆ ਫਾਰਮ ਵਾਲਾ? ਮਤਲਬ ਨੋ 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 ਨੋ, ਮਤਲਬ ਜਿੱਦਾਂ ਕਹਿੰਦੇ ਗੱਦੀ ਹੈ ਜਾਂ ਇਹ ਤਿਬਤੀ ਹੈ? ਇਹ ਤਿਬਤੀਨ ਮੈਸਟਰ ਟੀ ਐਮ। ਹਾਂ, ਨਹੀਂ ਨਹੀਂ ਨਹੀਂ, ਇੱਦਾਂ ਦਾ ਕੋਈ ਨਹੀਂ ਸਾਡੀ ਫੈਮਿਲੀ ਨੇ। ਪਾਲਣ 'ਤੇ ਡਿਪੈਂਡ ਵੀ ਕਰਦਾ, ਕੁਛ ਅਗਰੈਸਿਵ ਜਿੱਦਾਂ ਹੈਗੇ, ਜਿੱਦਾਂ ਹਿਮਾਲਿਆ ਸ਼ਿਫਟ ਡੌਗ ਹੁੰਦੇ ਨੇ, ਕੁਛ ਅਗਰੈਸਿਵ ਹੁੰਦੇ ਨੇ। ਇਹ ਅਗਰੈਸਿਵ ਇਹਨਾਂ 'ਚ ਕੁਛ ਨਹੀਂ ਹੈਗਾ, ਇੱਦਾਂ ਮੰਨ ਲਓ ਇੱਦਾਂ ਫਰੈਂਡਲੀ ਡੌਗ ਹੈਗੇ। ਜਸ ਜਸ, ਆਪਣੇ 'ਤੇ ਡਿਪੈਂਡ ਕਰਦਾ ਆਪਾਂ ਕਿੱਦਾਂ ਡੌਗ ਬਣਾਉਣਾ। ਜੀ 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 ਜੀ। ਸਾਨੂੰ ਕੋਈ ਇੰਟਰਸਟ ਨਹੀਂ ਹੈਗਾ, ਅਸੀਂ ਜੇ ਟੀਐਮ ਦੇਖਾਂਗੇ ਤਾਂ ਹੀ ਕਰਾਵਾਂਗੇ। ਬਸ ਬਸ ਬਸ, ਕੁਆਲਿਟੀ ਦਾ ਫੀਮੇਲ ਹੈ ਜੇ ਕੁਆਲਿਟੀ ਦੀ ਆਊਗੀ ਤਾਂ ਸਾਨੂੰ ਪੈਸੇ ਤੱਕ ਕੋਈ ਲਾਲਚ ਨਹੀਂ ਹੈਗਾ। ਜੇ ਕੁਆਲਿਟੀ ਦੀ ਆਊ ਤਾਂ ਹੀ ਮੀਟਿੰਗ ਕਰਾਵਾਂਗੇ। ਡਿਪੈਂਡ ਕਰਦਾ ਸਾਡੀ ਸੋਚ ਹੈਗੀ ਹੈ ਟੀਐਮ ਨੂੰ ਮੰਨ ਲਓ ਪ੍ਰਮੋਟ ਕਰਨ। ਜਸ 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 ਜਸ। ਸਟੱਡ ਸਰਵਿਸ ਸਾਡੇ ਉਹੀ 1,00,000। ਉਸੇ ਦਵਾਂਗੇ 1,25,000 ਤੋਂ 1,50,000। ਹਾਂ, 1,25 ਤੋਂ 1,50,000। ਮੀਟਿੰਗ ਹੈਗੀ ਸਾ। ਹਾਂ ਠੀਕ ਹੈ ਜੀ, 1,50,000। ਤੇ ਆਪਣਾ ਜਿਹੜਾ ਕੈਨਲ ਦਾ ਕੀ ਨਾਮ ਹੈਗਾ? ਸਾਡੇ ਕੈਨਲ ਹਿਮਰਤਨ, ਹਿਮਰਤਨ ਕੈਨਲ। ਇਹਦੀ ਆਪਣੀ ਲੋਕੇਸ਼ਨ ਕਿੱਥੇ ਦੀ ਜੀ? ਸਾਡਾ ਹੈਗਾ ਜੀ, ਜਿਵੇਂ ਅਸੀਂ ਸਾਡਾ ਹੈਗਾ ਪੈੜ ਏਰੀਆ ਕਢਾਣੀ, ਕਢਾਣੀ ਕਿਲਾ। ਹਾਂ, ਕਿਸੇ ਨੂੰ ਜ਼ਰੂਰਤ ਹੋਵੇ ਤੁਹਾਡੇ ਤੱਕ ਸਾਡਾ ਕੰਟੈਕਟ ਨੰਬਰ ਦੇ ਸਕਦੇ ਆ। ਹਾਂ, ਮੇਰਾ ਨੰਬਰ ਹੈਗਾ 94-632-6600-2। ਬੱਚਾ ਪਰਚੇਜ ਕਰਨਾ ਹੁੰਦਾ ਜਾਂ ਤੁਸੀਂ ਮੀਟਿੰਗ ਦੀ ਸਰਵਿਸ ਲੈਣੀ ਆ ਤਾਂ ਵੀਰ ਜੀ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ। ਇਹਨਾਂ ਦੇ ਨੰਬਰ ਦੇ ਉੱਤੇ ਕਾਲ ਕਰਕੇ ਇਹਨਾਂ ਨਾਲ ਗੱਲਬਾਤ ਕਰਕੇ ਇਹਨਾਂ ਦੀ ਸਰਵਿਸ ਲੈ ਸਕਦੇ ਹੋ, ਬੱਚਾ ਵੀ ਪਰਚੇਜ ਕਰ ਸਕਦੇ। ਥੈਂਕ ਯੂ ਵੀਰ ਜੀ, ਬਹੁਤ ਬਹੁਤ ਧੰਨਵਾਦ। ਠੀਕ, ਹਿਮਰਤਨ ਤਿਬਤਨ ਮਾਸਟਰ ਆਪਣੇ ਕੈਨਲ ਦਾ, ਯਾਨੀ ਕਿ ਆਪਣਾ ਇੱਕੋ ਹੀ ਕੈਨਲ ਹੈ? ਇੱਕੋ ਕੈਨਲ ਆ। ਹਾਂਜੀ, ਅਸੀਂ ਕੈਨਲ ਦੇ ਬੱਚੇ ਆ ਦੋਨੋਂ, ਇਹ ਇੱਕੋ ਕੈਨਲ ਆ। ਅਸੀਂ ਗਰੁੱਪਾਂ, ਠੀਕ ਆ, ਸਾਡੇ ਫਰੈਂਡ ਨੇ, ਜਿਵੇਂ ਅਸੀਂ 3-4 ਫਰੈਂਡ ਆ ਆਪਸ, ਕਿਉਂਕਿ ਇਹਨਾਂ ਨੂੰ ਹਾਂ ਇਕੱਠੇ ਚਲਾ ਰਹੇ ਹਾਂ, ਇਹਨਾਂ ਦੀ ਕੇਅਰ ਕਰਨੀ ਸੌਖੀ ਹੋ ਜਾਂਦੀ ਆ ਕਿਉਂਕਿ ਸਾਡੇ ਕੋਲ ਤਕਰੀਬਨ 25-30 TM ਹੋਣਗੇ। ਠੀਕ ਆ ਜੀ। ਅਸੀਂ ਫਰੈਂਡ ਸਰਕਲ ਦੇ ਵਿੱਚ ਜਿਹੜੇ 4-5 ਜਾਣੇ ਆ ਆਪਸ ਰਲ ਕੇ ਰੱਖ ਲੈਂਦੇ ਹਾਂ, ਅਤੇ ਅਸੀਂ ਐਜ਼ ਆ ਹੋਬੀ ਬਰੀਡ ਕਰ ਰਹੇ ਹਾਂ ਇਹਨੂੰ, ਆਪਣੇ ਸ਼ੌਂਕ ਲਈ ਇਹ ਚੀਜ਼ ਕਰ ਰਹੇ ਹਾਂ। ਤੁਸੀਂ ਇਕੱਲਾ ਜਿਹੜਾ ਤਿਬਤੀ ਹੈ ਇਹਨੂੰ ਪ੍ਰਮੋਟ ਕਰ ਰਹੇ ਹੋ ਇਕੱਲੇ ਨੂੰ? ਬਿਲਕੁਲ ਜੀ, ਤਿਬਤਨ ਮਾਸਟਰ ਨੂੰ ਕਰ ਰਹੇ ਹਾਂ ਜੀ। ਅਤੇ ਇਹ ਬੱਚੇ ਬਾਰੇ ਥੋੜ੍ਹੀ ਜਾਣਕਾਰੀ ਦਿਓ, ਇਹਦੀ ਏਜ ਕਿੰਨੀ ਹੈ ਪਹਿਲਾਂ ਤਾਂ ਦੱਸੋ? ਇਹਦੀ 2 ਈਅਰ ਆ ਜੀ ਏਜ, ਠੀਕ ਆ, ਅਬਾਊਟ ਮਹੀਨਾ ਖੰਡ ਇੱਧਰ ਉੱਧਰ ਹੋ ਸਕਦੀ ਆ। ਮਦਰ ਫਾਦਰ ਹੈ ਅਤੇ ਦੋਨੋਂ ਡਾਇਰੈਕਟ ਇੰਪੋਰਟ ਨੇ। ਠੀਕ ਹੈ ਜੀ, ਕਿੱਥੋਂ ਇੰਪੋਰਟ ਹੈ ਇਹ? ਇਹਦੇ ਮਦਰ ਫਾਦਰ ਡਾਇਰੈਕਟ ਇੰਪੋਰਟ ਨੇ, ਇਹ ਬਰੀਡ ਇਨ ਇੰਡੀਆ ਹੈ। ਠੀਕ ਹੈ ਜੀ। ਅੱਛਾ, ਇਹਦੇ ਮਦਰ ਫਾਦਰ ਇੰਪੋਰਟ ਕੀਤੇ? ਹਾਂਜੀ ਹਾਂਜੀ, ਇਹਦਾ ਜਿਹੜਾ ਫਾਦਰ ਸੀਗਾ ਅਸਟੋਨੀਆ ਤੋਂ ਡਾਇਰੈਕਟ ਇੰਪੋਰਟ ਸੀਗਾ, ਸ਼ੈਨਪੋਰਾਵਾ ਕੈਨਲ ਹੈ ਐਂਜਲਾ ਟੈਂਡਰਮੈਨ ਦਾ, ਅਤੇ ਉਹਨਾਂ ਕੋਲੋਂ, ਅਤੇ ਮਦਰ ਸੀਗੀ ਇਹਦੀ ਉਹ ਰਸ਼ੀਆ ਤੋਂ ਇੰਪੋਰਟ ਸੀਗੀ, ਇਨਸਾਲਡਾ ਤਿਬਦਾ ਕਰਕੇ ਕੈਨਲ ਹੈ ਉਹਨਾਂ ਤੋਂ। ਠੀਕ ਹੈ ਜੀ।
ਇਹਦੀ ਏਜ ਕਿੰਨੀ ਕੁ ਹੈ? ਇਹਦੀ 2 ਸਾਲ ਦੀ ਹੈ ਜੀ। 2 ਸਾਲ ਦੀ ਹੈ। ਅਗਰੈਸਿਵ ਕਿੰਨਾ ਕੁ ਹੈ? ਦੇਖੋ ਆਪਣੇ ਤੇ ਡਿਪੈਂਡ ਆ, ਕੋਈ ਵੀ ਬਰੀਡ ਆ ਜੀ, ਤੁਸੀਂ ਉਹਨਾਂ ਕਿੱਦਾਂ ਕੇਅਰ ਕਰਦੇ ਹੋ, ਕਿੱਦਾਂ ਉਹਨੂੰ ਰੱਖਦੇ ਹੋ, ਰੱਖ ਰਖਾਵ ਦੇ ਉੱਤੇ ਡਿਪੈਂਡ ਕਰਦਾ ਆ। ਇਹ ਫਰੈਂਡਲੀ ਆ ਕਿਉਂਕਿ ਇਹ ਸ਼ੋਅ ਵਗੈਰਾ ਤੇ ਜਾਂਦਾ ਆਉਂਦਾ ਰਹਿੰਦਾ ਹੈ, ਤਾਂ ਸਾਨੂੰ ਫਰੈਂਡਲੀ ਹੀ ਰੱਖਣੇ ਪੈਂਦੇ ਨੇ ਡੌਗ ਜ਼ਿਆਦਾਤਰ। ਠੀਕ ਹੈ ਜੀ। ਮਤਲਬ ਸ਼ੋਅ ਦੇ ਵਿੱਚ ਨਹੀਂ ਤਾਂ ਦਿੱਕਤ? ਨਹੀਂ, ਦਿੱਕਤ ਆਉਂਦੀ ਆ। ਅਗਰੈਸਿਵ ਹੈ ਜੇ ਘਰੇ ਆ ਤਾਂ, ਇਹਦਾ ਦੇਖੋ ਇਹ ਗਾਰਡ ਬਰੀਡ ਆ ਐਕਚੁਅਲੀ, ਇਹਨਾਂ ਨੇ ਗਾਰਡ ਤਾਂ ਕਰਨਾ ਹੀ ਕਰਨਾ ਆ। ਜਿੱਦਾਂ ਆਪਣੀ ਪ੍ਰੋਪਰਟੀ ਦੇ ਵਿੱਚ ਇਹ ਹੋਣਗੇ ਤਾਂ ਇਹ ਗਾਰਡ ਕਰਦੇ ਨੇ ਆਪਣੀ ਪ੍ਰੋਪਰਟੀ ਨੂੰ, ਆਪਣੇ ਹੋਮ ਨੂੰ ਕੋਈ ਕਿੱਦਾਂ ਵੀ। ਠੀਕ ਹੈ। ਜਿੱਦਾਂ ਹੁਣ ਇਹ ਬਾਹਰ ਆ ਗਏ ਤਾਂ ਐਜ਼ ਆ ਫਰੈਂਡਲੀ ਨੇ ਅਤੇ ਯੂਜ਼ ਟੂ ਹੋਏ ਹੋਏ ਨੇ, ਸ਼ੋਅ ਵਗੈਰਾ ਜਾਣਦੇ। ਠੀਕ ਹੈ ਜੀ। ਇਹ ਪਹਿਲਾਂ ਸ਼ੋਅ ਲਾਇਆ ਤੁਸੀਂ ਇਹਦੇ ਨਾਲ? ਇਹ ਆਲਰੇਡੀ ਜਿਹੜਾ ਕੈਨਲ ਕਲੱਬ ਆਫ ਇੰਡੀਆ ਦਾ KCIG ਦਾ ਸ਼ੋਅ ਹੁੰਦੇ ਨੇ, ਉਹਨਾਂ ਦਾ ਇਹ ਚੈਂਪੀਅਨ ਆ। ਚੈਂਪੀਅਨ ਪਿਛਲੇ ਸਾਲ ਇਹ ਚੈਂਪੀਅਨ ਹੋ ਗਿਆ ਸੀ, ਇਸ ਸਾਲ ਵੀ ਇਸ ਨੂੰ ਸ਼ੋਅ ਕਰਿਆ ਹੈ ਅਤੇ ਕਾਫੀ ਜਗ੍ਹਾ ਇਹ BOB ਬੈਸਟ ਆਫ ਬਰੀਡ ਰਿਹਾ, ਅਤੇ ਲਾਈਨ ਅਪ ਵੀ ਜੋ ਐਂਡ 'ਚ ਵੈਸਟਰਨ ਸ਼ੋਅ ਕੱਢਦੇ ਨੇ ਉਹਨਾਂ ਵਿੱਚ ਲਾਈਨ ਅਪ ਵੀ ਹੁਣ ਤੱਕ ਇਹ 4-5 ਜਗ੍ਹਾ ਲਾਈਨ ਅਪ ਲੱਗਦਾ ਰਿਹਾ। ਬਿਲਕੁਲ ਜੀ, ਦਿੰਦੇ ਹਾਂ ਜੀ। ਦੇਖੋ ਜੀ, ਸਟੱਡ ਸਰਵਿਸ ਹੀ ਉਹਨਾਂ ਨੂੰ ਦਿੰਦੇ ਹਾਂ ਜਿਨ੍ਹਾਂ ਨੇ ਸ਼ੌਂਕ ਲਈ ਬਰੀਡਿੰਗ ਕਰਨੀ ਆ, ਹੋਬੀ ਲਈ, ਅੱਗੇ ਲਾਈਨ ਸੁਧਾਰਨ ਵਾਸਤੇ ਵੀ ਇਹਨਾਂ ਨੂੰ, ਇਹਨਾਂ ਦੀ ਲਾਈਨਾਂ ਨੂੰ ਪ੍ਰਜ਼ਰਵ ਕਰ ਜਾ ਸਕਿਆ, ਜਾਂ ਸਾਂਭਿਆ ਜਾ ਸਕਦਾ ਲਾਈਨਾਂ, ਕਿਉਂਕਿ ਇਹ ਜਿੱਦਾਂ ਲੋਕ ਬੱਚੇ ਸੇਲ ਕਰਦੇ ਆ, ਬਹੁਤ ਸਾਰੇ ਬਰੀਡਰ ਇੱਦਾਂ ਦੇ ਨੇ, ਉਹ ਇਹਦੇ ਵਿੱਚ ਬਹੁਤ ਗੜਬੜ ਕਰ ਰਹੇ ਹਨ। ਦੇਖੋ ਜੀ, ਉਹ ਹਰੇਕ ਦਾ ਆਪੋ ਆਪਣਾ ਢੰਗ ਆ ਰੱਖਣ ਦਾ, ਹੈ ਨਾ, ਆਪਾਂ ਕਿਸੇ ਨੂੰ ਕੁਛ ਕਹਿ ਨਹੀਂ ਸਕਦੇ ਉਸ ਚੀਜ਼ ਬਾਰੇ, ਪਰ ਆਪਣਾ ਇਹ ਜੋ ਆਪਾਂ ਸ਼ੌਂਕ ਲਈ ਲੱਗੇ ਹੋਏ ਹਾਂ, ਠੀਕ ਆ, ਸਾਡਾ ਮਕਸਦ ਇਹ ਆ ਵੀ ਅਸੀਂ ਸ਼ੌਂਕ ਪੂਰਾ ਕਰ ਰਹੇ ਹਾਂ ਆਪਣਾ, ਅਤੇ ਚੰਗੇ ਤੋਂ ਚੰਗੀ ਬਰੀਡ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਜੋ ਪੋਸੀਬਲ ਇੰਡੀਆ ਤੋਂ ਨਹੀਂ ਹੋ ਰਿਹਾ ਤਾਂ ਅਸੀਂ ਫੋਰਨ ਤੋਂ ਕਿਤੋਂ ਵੀ ਮੰਗਵਾ ਰਹੇ ਹਾਂ ਚੰਗੀਆਂ ਲਾਈਨਾਂ, ਕਿਉਂਕਿ ਹੁਣ ਇਸ ਦੇ ਵਿੱਚ ਬਹੁਤ ਤਰ੍ਹਾਂ ਦੀ ਮਿਕਸਿੰਗ ਆ ਚੁੱਕੀ ਆ, ਠੀਕ ਆ, ਮਿਕਸ ਬਰੀਡ ਹੋ ਚੁੱਕੀ ਆ, ਤਾਂ ਉਹਨਾਂ ਕੁਆਲਿਟੀ ਡਾਊਨ ਹੋ ਰਹੀ ਆ। ਹਾਂਜੀ ਬਿਲਕੁਲ ਜੀ। ਅਤੇ ਅੱਜ ਇਹ ਸੋ ਲਾਊਗਾ ਅੱਜ ਬੱਚਾ ਇਹ? ਹਾਂਜੀ ਲਾਊਗਾ ਜੀ। ਅਤੇ ਚਲੋ ਅੱਜ ਕੰਫੀਡੈਂਸ ਆ ਪੂਰਾ ਨਾ? ਬਿਲਕੁਲ ਜੀ ਬਿਲਕੁਲ, ਵਿਨਰ ਹੈ, ਦੇਖੋ ਚੈਂਪੀਅਨ ਹੈ। ਹਾਂ ਦੇਖੋ, ਉਹ ਜੱਜ ਸਾਹਿਬ 'ਤੇ ਡਿਪੈਂਡ ਕਰਦਾ, ਬਾਕੀ ਇਹਦੀ ਪਰਫਾਰਮੈਂਸ 'ਤੇ ਡਿਪੈਂਡ ਕਰਦਾ। ਇਹਦੀ ਹਾਈਟ ਕਿੰਨੀ ਕੁ ਹੋਊਗੀ ਹੁਣ? ਇਹਦੀ ਅਬਾਊਟ ਹੋਊਗੀ 30 ਇੰਚ ਦੇ। ਠੀਕ ਹੈ ਜੀ। ਇਹ ਮਤਲਬ ਇਹਦੇ ਆਪਣੇ ਕੋਲ ਬੱਚੇ ਮਿਲ ਜਾਂਦੇ ਆ? ਬੱਚੇ ਹਾਂਜੀ ਅਵੇਲੇਬਲ ਹੈਗੇ ਨੇ, ਬਿਲਹਾਲ ਇੱਕ ਫੀਮੇਲ। ਹਾਂਜੀ, ਕਿੰਨੀ ਕੁ ਏਜ ਦੇ ਬੱਚੇ ਹੈਗੇ? ਬੱਚੇ ਅਭੀ ਤਾਂ ਛੋਟੇ ਨੇ ਜੀ, ਹਜੇ ਤਾਂ 10-11 ਦਿਨ ਦੇ ਬੱਚੇ ਨੇ ਜੀ। ਹਾਂਜੀ। ਅਤੇ ਕਿਸੇ ਨੂੰ ਜ਼ਰੂਰਤ ਹੁੰਦੀ ਹੈ ਤੁਹਾਡੇ ਤੱਕ ਨਾ ਪਹੁੰਚ ਕਰਨ ਦੀ, ਉਹਦੇ ਵਾਸਤੇ ਆਪਣਾ ਨੰਬਰ ਦਿਓਗੇ? ਸਾਡਾ ਜੀ ਫੇਸਬੁੱਕ 'ਤੇ ਪੇਜ ਬਣਿਆ ਹੋਇਆ ਹਿਮਰਤਨ ਤਿਪਤਨ ਮਾਸਟਰ ਕਰਕੇ, ਠੀਕ ਆ, ਉਹਦੇ 'ਤੇ ਸਰਚ ਕਰ ਸਕਦੇ ਹੋ, ਅਤੇ ਨੰਬਰ ਹੈਗਾ 7888-74-75-086-62-363। 7888-62-363, 7888-62-363, 7888-62-363। ਅਤੇ ਫੇਸਬੁੱਕ 'ਤੇ ਆਪਣਾ ਪੇਜ ਆ ਹਿਮਰਤਨ ਤਿਪਤਨ ਮਾਸਟਰ, ਕੋਈ ਵੀ ਜਾ ਕੇ ਸਰਚ ਕਰ ਸਕਦਾ ਫੇਸਬੁੱਕ 'ਤੇ। ਇਹਨਾਂ ਤੋਂ ਇਲਾਵਾ ਹੋਰ ਵੀ ਸਾਡੇ ਕੋਲ ਡੌਗ ਨੇ ਜੋ ਇਹਨਾਂ ਦੇ ਮਦਰ ਫਾਦਰ ਨੇ ਇੰਪੋਰਟ ਨੇ ਡਾਇਰੈਕਟ, ਉਹ ਘਰੇ ਖੜੇ ਨੇ ਸਾਰੇ ਡੌਗ ਆਪਣੇ ਕੋਲ, ਉਹ ਘਰੇ ਨੇ। ਹਾਂ ਸੇਮ ਬਰੀਡ ਆ ਜੀ। ਹੋਰ ਕੋਈ ਬਰੀਡ ਤਾਂ ਰੱਖਦੇ? ਨਹੀਂ, ਹੋਰ ਨਹੀਂ ਰੱਖਦੇ ਜੀ, ਐਜ਼ ਆ ਹੋਬੀ ਕੋਈ ਸ਼ੌਂਕ ਆ, ਜਿਵੇਂ ਬੱਚਿਆਂ ਨੂੰ ਕੋਈ ਇੱਕ ਅੱਧਾ ਜੇ ਕੋਈ ਕਹਿ ਦੇਵੇ ਬੱਚੇ ਨੇ, ਜਿਵੇਂ ਛੋਟੇ ਮੇਰੇ ਘਰੇ ਉਹਨਾਂ ਨੇ 1-2 ਸ਼ਿਰਜੂ ਰੱਖੇ ਹੋਏ ਨੇ। ਹਾਂਜੀ, ਬਹੁਤ ਵਧੀਆ ਲੱਗਿਆ ਵੀਰਾਂ ਨਾਲ ਗੱਲਬਾਤ ਕਰਕੇ। ਤੁਸੀਂ ਦੇਖਿਆ ਨਾ ਇਹਨਾਂ ਦੀ ਜਿਹੜੀ ਬਰੀਡ ਆ, ਇਹ ਚੈਂਪੀਅਨ ਡੌਗ ਨੇ ਜਿਹੜੇ, ਇਹ ਤੁਸੀਂ ਦੇਖ ਚੁੱਕੇ ਹੋ, ਬਹੁਤ ਸੋਹਣੀ ਬਰੀਡ ਹੈ। ਕਿਸੇ ਨੂੰ ਜ਼ਰੂਰਤ ਹੁੰਦੀ ਆ ਤਾਂ ਵੀਰਾਂ ਨਾਲ ਇਹਨਾਂ ਦੇ ਨੰਬਰ 'ਤੇ ਕਾਲ ਕਰਕੇ ਸੰਪਰਕ ਕਰ ਸਕਦੇ ਹੋ, ਇਹਨਾਂ ਤੋਂ ਸਰਵਿਸ ਤੁਸੀਂ ਲੈ ਸਕਦੇ ਹੋ। ਠੀਕ ਆ ਵੀਰ ਜੀ, ਬਹੁਤ ਬਹੁਤ ਧੰਨਵਾਦ ਜੀ। ਓਕੇ। 97806 ਜੀ, 85012 ਜੀ, ਇੱਕ ਵਾਰੀ ਰਿਪੀਟ ਕਰ ਦਿਓ। 97806 97806-85-85012। ਇੱਕ ਵਾਰੀ ਲੋਕੇਸ਼ਨ ਦੱਸ ਦਿਓ। ਫਰੀਦਕੋਟ ਸਿਵੀਆਂ ਜੀ, ਪਿੰਡ। ਹਾਂਜੀ ਹਾਂਜੀ। ਕਿਸੇ ਨੂੰ ਜ਼ਰੂਰਤ ਹੁੰਦੀ ਆ ਬੱਚੇ ਦੀ ਪਰਚੇਜ਼ ਕਰਨ ਦੀ ਜਾਂ ਸਟੱਡ ਸਰਵਿਸ ਦੀ, ਆ ਬੱਚੇ ਤੁਸੀਂ ਦੇਖ ਸਕਦੇ ਹੋ ਇਹਨਾਂ ਦੇ, ਇਹਨਾਂ ਨਾਲ ਸੰਪਰਕ ਨੰਬਰ ਲੈ ਕੇ ਇਹਨਾਂ ਦਾ ਕਾਲ ਕਰਕੇ ਤੁਸੀਂ ਵੀਰਾਂ ਤੋਂ ਸਰਵਿਸ ਲੈ ਸਕਦੇ ਹੋ। ਠੀਕ ਹੈ ਵੀਰੇ, ਬਹੁਤ ਬਹੁਤ ਧੰਨਵਾਦ। ਓਕੇ, ਥੈਂਕ ਯੂ। ਇੱਧਰ ਸਾਡੀ ਬੇਟੀ ਖੜੀ ਕਰਦਿਆਂ ਗੱਲਬਾਤ, ਵੀ ਐਡਾ ਵੱਡਾ ਜਾਨਵਰ ਖਿੱਚੀ ਫਿਰਦੀ ਆ, ਇਹ ਉਹ ਕਿੱਦਾਂ ਦਾ ਸੁਭਾਅ ਇਹਦਾ ਕਰਦਿਆਂ ਗੱਲਬਾਤ, ਹੈ ਨਾ ਆਪਾਂ ਨਾਲ ਵੀਰ ਨਾਲ। ਹੋਰ ਬੇਟਾ ਕੀ ਹਾਲ ਹੈ? ਠੀਕ ਆ ਜੀ। ਅੱਛਾ, ਕਿੱਥੋਂ ਆਏ ਆਪਾਂ? ਟਿੱਬੇ ਤੋਂ। ਟਿੱਬੇ ਤੋਂ? ਹਾਂਜੀ। ਇਹ ਜਿਹੜਾ ਬੱਚਾ ਤੁਹਾਡੇ ਕੋਲ ਹੈਗਾ, ਇਹ ਕਿਹੜੀ ਬਰੀਡ ਦਾ? ਇਹ ਟਿਬਟਨ ਮਸਟਿਫਾ। ਅੱਛਾ, ਇਹਦੀ ਏਜ ਕਿੰਨੀ ਕੁ ਹੋਗੀ? 1.5 ਸਾਲ ਆ। ਅੱਛਾ, ਤੁਸੀਂ ਐਡਾ ਵੱਡਾ ਜਾਨਵਰ ਲੱਕੀ ਫਿਰਦੇ ਹੋ, ਤੁਸੀਂ ਡਰ ਨਹੀਂ ਲੱਗਦਾ ਆਪਾਂ ਨੂੰ? ਨਹੀਂ, ਜਮੀ ਨਹੀਂ ਵੜਦਾ ਨਹੀਂ ਹੈਗਾ ਇਹ? ਨਹੀਂ, ਪੱਕੀ ਗੱਲ ਹੈ। ਹਾਂਜੀ, ਮਤਲਬ ਉਹ ਜਿੱਦਾਂ ਆਪਾਂ ਦੇਖੇ ਇੱਧਰ ਕਿੰਨੇ ਬੱਚੇ ਭੱਜ ਭੱਜ ਕੇ ਪੈਂਦੇ ਆ, ਜੇ ਇਹ ਖਿੱਚ ਕੇ ਇੱਧਰ ਨੂੰ ਪੈ ਜੇ, ਤੁਸੀਂ ਕੰਟਰੋਲ ਕਰ ਲੈਣੇ ਇਹਨੂੰ? ਹਾਂਜੀ, ਪੂਰਾ ਜਾਨਵਰ ਤਾਂ ਇੱਦੂ ਜ਼ਿਆਦਾ ਆਪਣੇ 'ਚ। ਹਾਂਜੀ, ਵੈਰੀ ਗੁੱਡ। ਅੱਛਾ, ਇਹ ਘਰੇ ਰੱਖਿਆ ਆਪਾਂ ਨੇ? ਹਾਂਜੀ। ਅੱਛਾ ਅੱਛਾ, ਤੁਸੀਂ ਆਪ ਘੁਮਾਉਂਦੇ ਹੁੰਦੇ ਇਹਨੂੰ? ਹਾਂਜੀ। ਅੱਛਾ, ਕੁਛ ਕਹਿੰਦਾ ਤੁਹਾਨੂੰ? ਨਹੀਂ। ਮਤਲਬ ਇੱਦਾਂ ਜਿਵੇਂ ਭੱਜ ਭੱਜ ਕੇ ਤਾਂ ਨਹੀਂ ਆਉਂਦਾ, ਕਿਸੇ ਦੇ ਕੋਲ ਦੀ ਲੰਘ ਰਹੇ? ਨਹੀਂ, ਵੜਦਾ ਨਹੀਂ ਹੁੰਦਾ। ਵਧੀਆ, ਫਰੈਂਡਲੀ ਆ? ਹਾਂਜੀ, ਪੂਰਾ। ਠੀਕ ਆ। ਅੱਜ ਉਰੇ ਕਿਵੇਂ ਲੈ ਕੇ ਆਏ ਆਪਾਂ? ਅੱਜ ਇਹਨੂੰ ਲੈ ਕੇ ਆਉਣਾ ਸੀ ਘੁਮਾਉਣ ਵਾਸਤੇ। ਹਾਂਜੀ, ਸੋਧ ਖਾਣ ਵਾਸਤੇ। ਸੋ ਵੀ ਲਾਣਾ? ਹਾਂਜੀ। ਅੱਛਾ, ਪਹਿਲਾਂ ਵੀ ਸੋ ਲਾਇਆ ਕਦੇ? ਪਹਿਲੀ ਵਾਰ। ਅੱਛਾ, ਪਹਿਲੀ ਵਾਰੀ? ਹਾਂਜੀ। ਕੰਫੀਡੈਂਸ ਹੈ? ਹਾਂਜੀ। ਜਿੱਤ ਕੇ ਜਾਵਾਂਗੇ, ਪੋਜੀਸ਼ਨ ਪੱਕੀ ਹੈ, ਬੈਸਟ ਆਫ ਲੱਕ ਹੈ ਨਾ? ਠੀਕ ਹੈ। ਮੰਨ ਲਓ ਫਿਊਚਰ ਦੇ ਵਿੱਚ ਤੁਹਾਨੂੰ ਇਹਦੇ ਨਾਲ ਆਪਣੇ ਘਰੇ ਸੰਪਰਕ ਕਰਨਾ ਹੋਵੇ, ਤੁਹਾਡੇ ਨਾਲ ਮਿਲਣਾ ਹੋਵੇ ਕਿਸੇ ਨੇ,
कोई गल जानकारी लेनी होवे वास्ते तुसी संपर्क नंबर दोगे? हाँ जी। पापा का नंबर दे दो, बोलो। 9592149008। एक बारी और दस दो। 9592149008। अच्छा, अपनी लोकेशन दस दो। टिब्बा VPO टिब्बा नियर सानेआल। ठीक। बेटी नाल गल करके बहुत वधिया लग्या। तुसी बच्चा देखो मतलब साइलेंट आ, पूरा खूंखार नहीं है, अग्रेसिव नहीं है, कहिंदे बहुत फ्रेंडली है। बाकी आपां दूजे भी बच्चे देखे हैं, ये भी तुसी देखो बहुत वधिया नाइस है बच्चा भी, मतलब साडी गुड़िया वर्गा ही है। बहुत वधिया लग्या राजे, बेस्ट ऑफ लक। अगर किसी नूं जरूरत हुंदी कोई संपर्क करन दी तां तुसी इन्हां नाल गल कर सकदे हो। नंबर तुहानूं दे दित्ता, धन्नवाद जी, बहुत मेहरबानी। हाँ जी, चलदे वीरां कोल करदे आ गलबात, है ना। इधर हाँ जी, बाई जी की हाल चाल ने? ठीक है बाई जी। आप कितों आए हैं? बरगाड़ी तो। बरगाड़ी, अपने चैनल का की नाम है? चैनल का जी वो तो मैं पता नहीं, चैनल की रिकाय कहें जी। अच्छा, फार्म फूर्म तो कोई नहीं बनाया था। हाँ, जट शब्द है जी। हाँ जी, हाँ। ये जेड़े बच्चे हैं सारी अपने आगे? हाँ जी, हाँ जी। अच्छा, ये मेल फीमेल किन्ने ने? है गई। गद्दी है दी। हाँ जी, सारी गद्दी ने। हाँ जी, हाँ हाँ जी, ब्लड इक्को इन्हां दा जी। हाँ हाँ जी, कालां जा गई। हाँ, ये डेढ़ डेढ़ साल दी। हाँ जी, हाँ हाँ जी। नहीं नहीं, आ दोवें भैण भरा ते आ कुत्ते हुण सूई आई है। ठीक है, ये इहदे कुत्ते सीगे, इहदे बच्चे हन, बच्चे ल्यांदे नी नाल। हाँ जी, हाँ जी, ये 50,000 दा कुत्ता ते 25,000 दी कुत्ती, 35,000 दी कुत्ती। हाँ जी, मीटिंग करवाने हो? हाँ जी। ओदी फीस की लेने होगे? 10 to 15 तक रही, बाकी कुत्ती भी एक ही ऐ नहीं भी। हाँ जी, ओदी कुत्ते दी नस्ल दे। हाँ जी, हाँ जी, ठीक है। ते किसे नु जरूरत हुंदी है? हाँ जी, सुखविंदर सिंह बराड़, 8190506644 जी। 8190506644 जी। बच्चे तुसीं देख सकदे हो, किसे वीरां नूं जरूरत हुंदी है ना, बच्चे भी परचेज, बच्चे तां कादे कहिंदे दा है ना, बच्चा तां टप्पे होया काम है। हुण बच्चे वाली कहिंदा नहीं, जी नहीं करदा, बच्चे तां निक्के निक्के हुंदे ने, ये तो बघियाड़ ने वड्डे वड्डे। ये तुसीं देख सकते हो, किसी नूं जरूरत हुंदी है इन्हां दे मोबाइल नंबर ते संपर्क करके तुसीं बच्चा खरीद सकते हो। ठीक है जी, धन्यवाद, मेहरबानी। ओके, ठीक है जी। ਕਿਹੜੀ ਵੜਦੀ ਹੈ? ਹਾਂ ਜੀ, ਇੱਧਰ ਬਾਈ ਜੋੜਾ ਲਈ ਖੜੇ ਨੇ, ਬਹੁਤ ਵੱਡਾ ਨਾ, ਉਹਨਾਂ ਨਾਲ ਕਰਦਿਆਂ ਗੱਲ ਕਿੱਥੋਂ ਆਏ ਨੇ। ਵੈਸੇ ਸਾਨੂੰ ਵੀ ਡਰ ਲੱਗੀ ਜਾਂਦਾ ਨਾ ਵੀ ਕਿਤੇ ਸਾਡਾ ਮਾਈਕ ਹੀ ਨਾ ਖਾ ਜਾਣੇ ਇਹ, ਬਾਕੀ ਤਾਂ ਦੇਖੀ ਜਾਓ। ਹੋਰ ਆ ਜੀ, ਕੀ ਹਾਲ ਚਾਲ ਹੈ? ਬਹੁਤ ਵਧੀਆ ਜੀ। ਅੱਛਾ, ਕਿੱਥੋਂ ਆਏ ਆਪਾਂ? ਸਿਵੀਆਂ ਪਿੰਡ ਜੀ, ਫਰੀਦਕੋਟ ਡਿਸਟ੍ਰਿਕਟ। ਅੱਛਾ, ਹਾਂਜੀ। ਆਪਣੇ ਕੈਨਲ ਦਾ ਕੀ ਨਾਮ ਹੈ? ਕੈਨਲ ਨਹੀਂ, ਆਪਣੇ ਸ਼ੌਂਕੀ ਰੱਖੇ ਹੋਏ ਆ ਜੀ, ਕੋਈ ਕੈਨਲ। ਹਾਂਜੀ ਹਾਂਜੀ, ਘਰ ਰੱਖੇ ਹੋਏ। ਕਿੰਨੇ ਬੱਚੇ ਰੱਖੇ ਇਦਾਂ ਦੇ ਤੁਸੀਂ ਨੇ? 3 ਆ ਜੀ ਆਪਣੇ ਕੋਲੇ ਦੇ ਨਾਲ। ਅੱਛਾ, ਇਹ ਜਿਹੜਾ ਇਹ ਮਾਈਕਮ ਹੈ ਕਿੰਨਾ ਕੁ ਖਤਰਨਾਕ ਆ, ਪਹਿਲਾਂ ਪੂਰੀ ਜਾਣਕਾਰੀ ਦੇਖੋ ਜੀ। ਗਾਰਡ ਡੌਗ ਬਹੁਤ ਬੈਸਟ ਹੈ ਜੀ ਇਹ, ਹਾਂ, ਗਾਰਡਿੰਗ ਵਾਸਤੇ ਆ। ਤੇ ਇਹਨਾਂ ਜਿੰਨਾ ਭੋਲੀ ਨਸਲ ਵੀ ਨਹੀਂ, ਤੇ ਗਾਰਡਿੰਗ ਡੌਗ ਵੀ ਨਹੀਂ ਇਹਨਾਂ ਜਿੰਨਾ ਵਧੀਆ ਹੈਗਾ ਕੋਈ ਵੀ। ਇਹ ਆਪਾਂ ਨੇ ਘਰ 'ਚ ਰੱਖਿਆ ਜਾਂ ਕਿਤੇ? ਹਾਂਜੀ, ਨਹੀਂ ਨਹੀਂ, ਘਰੇ ਘਰੇ ਜੀ। ਹਾਂਜੀ, ਫੈਮਿਲੀ ਡੌਗ ਆ, ਘਰੇ ਜਮਾ ਸਾਰੇ ਆਪਣੇ ਬੱਚਿਆਂ ਦੇ ਵਿੱਚ, ਫੈਮਿਲੀ ਦੇ ਵਿੱਚ ਰਹਿੰਦੇ ਜੀ। ਹਾਂਜੀ, ਤੇ ਮੰਨ ਲਓ ਘਰੇ ਫਿਰ ਬੱਚੇ ਬੱਚਿਆਂ ਨੂੰ ਇਹਨੂੰ ਕੋਈ? ਬਿਲਕੁਲ ਵੀ ਨਹੀਂ ਕੁਝ ਕਹਿੰਦੇ, ਬੱਚਿਆਂ ਦੇ ਨਾਲ ਖਾਂਦੇ ਪੀਂਦੇ ਆ ਜੀ, ਵਧੀਆ। ਕਈ ਲੋਕ ਕਹਿੰਦੇ ਨੇ ਵੀ ਸਾਡੇ ਘਰ ਦਾ ਪਾਲਿਆ ਸੀਗਾ ਉਹਨੂੰ ਬੱਚਾ ਚੱਕ ਲੈ ਤਾਂ? ਨਹੀਂ ਨਹੀਂ ਨਹੀਂ, ਬਿਲਕੁਲ ਵੀ ਨਹੀਂ ਜੀ, ਬੱਚਿਆਂ ਦੇ ਨਾਲ ਖੇਡਦੇ ਆ, ਕੋਈ ਦਿੱਕਤ ਨਹੀਂ। ਮਤਲਬ ਬਾਹਰਲੇ ਬੰਦੇ ਤੋਂ ਅਲਰਜੀ ਹੈ? ਹਾਂ, ਬਾਹਰਲੇ ਬੰਦੇ ਹੁੰਦਾ। ਹਾਂਜੀ 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 ਹਾਂਜੀ, ਉਹ ਤਾਂ ਜ਼ਰੂਰੀ ਹੈ ਜੀ। ਜਿਹੜੇ ਆਪਣੇ ਬੱਚੇ ਆ ਇਹ ਮੇਲ ਫੀਮੇਲ ਕੀ ਨੇ? ਇੱਕ ਮੇਲ ਆ ਜੀ, ਫੀਮੇਲ ਆ ਜੀ। ਹਾਂਜੀ, ਕਲੋਜ਼ ਕਰ ਲੈ। ਅੱਛਾ, ਇੱਕ ਮੇਲ ਹੈ? ਹਾਂਜੀ, ਇੱਕ ਫੀਮੇਲ ਆ ਜੀ। ਹਾਂਜੀ, ਇਹਨਾਂ ਦੀ ਏਜ ਕਿੰਨੀ ਕੁ ਹੈ? ਇਹ 2-2 ਸਾਲ ਹੋ ਗਏ, 2.5 ਸਾਲ। ਹਾਂਜੀ, ਦੋਨਾਂ ਦੀ।
हाँ जी ये हिम्मतपुरे वाले संतां कोले वड्डा कुत्ता सीगा जी उन्हां दे बच्चे दोनों जी हाँ जी पुरानी नस्ल आ बहुत ज्यादा जी हाँ जी चिकन चलदा जी बाकी दुध दही अपना बस जिन्नी क मात्रा खा लैन भी थोड़ा जिहा पाई अकदे बराबर मिक्स रोटी करके मिक्स हाँ जां फीड पा देने बेची हाँ जी रोटी थोड़ी पाने जी फीड ते चिकन ही ज्यादा चलदा वीर इह कहंदे हुंदे ने वी जिद्दां अपनी इंसानियत जिहड़ी खुराक आ वी ओह इहनूं घट देनी चाहीदी वी इहनां दी वखरी खुराक हुंदी आ नहीं 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 कोई एक्स्ट्रा जो मर्जी दो जी इहनूं कोई दिक्कत नहीं हाँ जी हाँ जी जिहड़ा कुछ आपां खांदे आ उही दे दिंदे इहनूं जी उही खांदा हाँ जी ठीक है इह जिहड़ा आपणे कोले मेल है इहदी स्टड सर्विस वी दिंदे हो हाँ जी ठीक हाँ जी बार पर जे कोई फीस जे फीमेल चंगी हो तां उहदे ते जी वैसे नहीं जी हाँ जी फीस 50,000 रुपया रखी हुई है हाँ जी पर हजे तक अपना मन के चलो बाहर नहीं छड़ा आपकी फीमेल ती छड़ा है हाँ जी हाँ जी दोनों फिर दो फीमेल जी अपने को एक आ एक घर होर आ यह दोनों ती छड़ा हजे बाहर नहीं छड़ा अब बच्चे तो ही देख सकते हो वीर ने गलबात की है किसी जरूरत होंगी बच्चे की परचेज कर सकते हो जां स्टड सर्विस की जरूरत है वह भी तुसी बच्चा देखिया तो इन्हों तो सर्विस ले सकते हो तो अपनी जी लोकेशन भी एक बार दस दौ ना मोबाइल नंबर जी 97806 जी 85011 एक बार रिपीट कर दो 9780697806 85805012 एक बार लोकेशन दस दो फरीदकोट सिविंग आई पिंड हाँ जी हाँ जी किसी को जरूरत होंगी बच्चे की परचेज करने की स्टड सर्विस की आ बच्चे तो ही देख सकते हो इन्होंने इन्हों संपर्क नंबर लैके इन्हों का कॉल करके तुम वीर तो सर्विस ले सकते हो ठीक है वीरे बहुत बहुत धन्यवाद ओके थैंक यू